ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਜਿੱਤ ਦਰਜ ਕੀਤੀ ਗਈ ਸੀਗੀ ਅਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਗਿੱਦੜਬਾਹਾ ਜ਼ਿਮਨੀ ਚੋਣ ਦੀ ਤਾਂ ਉੱਥੋਂ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਜਿਹੜਾ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਗਈ ਕਿ ਉਹ ਜ਼ਿਮਨੀ ਚੋਣ ਗਿੱਦੜਬਾਹਾ ਲੜਨਗੇ ਅਤੇ ਉਸ ਤੋਂ ਬਾਅਦ ਮਹਾਂ ਸਿੰਘ ਕੁਲਵੰਤ ਸਿੰਘ ਰਾਉਕੇ ਹੋਰਾਂ ਦੇ ਚਾਚਾ ਜੀ ਦੇ ਬੇਟੇ ਨੇ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਕਿ ਭਾਈ ਕੁਲਵੰਤ ਸਿੰਘ ਰਾਉਕੇ ਜਿਹੜੇ ਨੇ ਉਹ ਬਰਨਾਲਾ ਤੋਂ ਜ਼ਿਮਨੀ ਚੋਣ ਲੜਨਗੇ। ਮਹਾਂ ਸਿੰਘ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ, ਪੋਸਟ ਜਿਹੜੀ ਪਾਈ ਗਈ ਹੈ ਇਹਨਾਂ ਵੱਲੋਂ ਹੀ ਪਾਈ ਗਈ ਹੈ ਜਾਂ ਕੀ ਹੈ ਪੋਸਟ ਦੇ ਮਾਇਨੇ, ਕੀ ਗੱਲਬਾਤ ਜਿਹੜੀ ਹੈ ਕੁਲਵੰਤ ਸਿੰਘ ਰਾਉਕੇ ਹੋਰਾਂ ਨਾਲ ਹੋਈ ਹੈ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਨਾਲ ਹੋਈ ਹੈ, ਪੂਰੀ ਗੱਲਬਾਤ ਕਰਾਂਗੇ ਮਹਾਂ ਸਿੰਘ ਹੋਰਾਂ ਨਾਲ। ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਭਾਈ ਕੁਲਵੰਤ ਸਿੰਘ ਨਾਲ ਮੇਰੀ 7-8 ਦਿਨ ਤੋਂ ਇਸ ਮਸਲੇ 'ਤੇ ਗੱਲ ਹੋ ਰਹੀ ਸੀਗੀ ਅਤੇ ਹੁਣ ਉਹਨਾਂ ਨੇ ਕੱਲ੍ਹ ਮੈਨੂੰ ਫੋਨ ਲਾ ਕੇ ਯਾਨੀ ਕਿ ਐਲਾਨ ਕਰ ਦਿੱਤਾ ਕਿ ਬਰਨਾਲਾ ਤੋਂ ਜ਼ਿਮਨੀ ਚੋਣਾਂ ਉਹ ਲੜਨਗੇ। ਅਤੇ ਜ਼ਿਮਨੀ ਚੋਣਾਂ ਲੜਨ ਦਾ ਜਿਹੜਾ ਮੇਨ ਮੋਟਿਵ ਆ ਉਹ ਹੈਗਾ ਵੀ ਜਿਹੜਾ ਧੱਕਾ ਗੌਰਮੈਂਟ ਸਿੱਖਾਂ ਨਾਲ ਧੱਕਾ ਕਰ ਰਹੀ ਆ, ਕਿਉਂਕਿ 1 ਸਾਲ ਤੋਂ ਵਧਾ ਕੇ NSA ਦੂਰੀ NSA ਲਗਾਈ ਗਈ ਆ। ਇਹ ਕਾਨੂੰਨ ਦੇ ਵਿੱਚ ਕਦੇ ਵੀ ਨਹੀਂ ਹੋਇਆ, ਇਹ ਕਾਲੇ ਕਾਨੂੰਨ ਜੋ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਸਿੰਘਾਂ ਨੂੰ ਕਾਲੇ ਪਾਣੀ ਰੱਖਿਆ ਜਾਂਦਾ ਸੀਗਾ, ਇਹ ਇੱਕ ਤਰ੍ਹਾਂ ਦਾ ਕਾਲੇ ਪਾਣੀ ਹੈਗਾ। ਜਿਹੜੇ ਕਾਨੂੰਨਾਂ ਦੇ ਖਿਲਾਫ ਸ਼ਹੀਦ ਭਗਤ ਸਿੰਘ ਹੁਣੀ ਲੜਦੇ ਗਏ ਆ, ਗੋਰਿਆਂ ਨੂੰ ਗੋਰਿਆਂ ਨਾਲ ਵੀ ਇਹ ਕਾਲੇ ਕਾਨੂੰਨ ਖਤਮ ਹੋਣੇ ਚਾਹੀਦੇ ਆ, ਉਹੀ ਦੁਬਾਰਾ ਕਾਲੇ ਕਾਨੂੰਨ ਸਿੱਖਾਂ ਉੱਪਰ ਲਗਾਏ ਜਾ ਰਹੇ ਆ ਜੀ। ਅਤੇ ਇਸ ਕਰਕੇ ਸਿੱਖ ਕੌਮ ਸਾਰੀ ਸਾਥ ਦੇਵੇ ਅਤੇ ਤਾਂ ਜੋ ਆਪਣੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚੋਂ ਰਿਹਾਅ ਹੋ ਕੇ ਆਉਣ, ਅਤੇ ਜਦੋਂ ਸਾਰੇ ਦਰਵਾਜ਼ੇ ਕੋਰਟਾਂ ਕਚਹਿਰੀਆਂ ਦੇ ਬੰਦ ਹੋ ਜਾਣ ਅਤੇ ਫਿਰ ਇੱਕੋ ਰਸਤਾ ਰਹਿੰਦਾ ਉਹ ਸਿੱਖ ਕੌਮ। ਸਿੱਖ ਕੌਮ ਬਾਂਹ ਫੜੇ ਸਾਰੇ ਸਿੱਖਾਂ ਦੀ ਅਤੇ ਇਸ ਜੋ ਦਲਦਲ ਹੈਗੀ ਆ ਕਾਲੇ ਪਾਣੀ ਦੀ ਉਹਨਾਂ ਵਿੱਚੋਂ ਸਿੰਘਾਂ ਨੂੰ ਬਾਹਰ ਖਿੱਚ ਕੇ ਲੈ ਕੇ ਆਵੇ। ਮਹਾਂ ਸਿੰਘ ਜੀ, ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਜਿੱਤ ਦਰਜ ਕੀਤੀ ਹੈ ਉਸ ਤੋਂ ਬਾਅਦ ਹੀ ਜਿਹੜਾ ਭਗਵੰਤ ਸਿੰਘ ਬਾਜੇ ਕੇ ਜਿਹੜੇ ਆ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਹੁਣ ਕੁਲਵੰਤ ਸਿੰਘ ਰਾਉਕੇ ਜਿਹੜੇ ਆ ਬਰਨਾਲਾ ਲੜਨ ਜਾ ਰਹੇ ਨੇ, ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ? ਕਿਉਂਕਿ ਲੋਕਾਂ ਨੇ ਸਾਥ ਦਿੱਤਾ ਹੈ, ਕਿਉਂਕਿ ਅੰਦਰ ਬੈਠ ਕੇ ਜਿਹੜੀ ਹੈ ਉਹਨਾਂ ਨੇ ਚੋਣ ਪ੍ਰਚਾਰ ਜਿਹੜਾ ਸਿਰਫ ਲੋਕਾਂ ਵੱਲੋਂ ਕੀਤਾ ਗਿਆ, ਉਹ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ, ਕਿਸ ਤਰ੍ਹਾਂ ਜਿਹੜੀ ਹੈ ਚੋਣ ਪ੍ਰਚਾਰ ਕੀਤਾ ਜਾਊਗਾ? ਇਹ ਦੇਖੋ ਜੀ, ਬਾਬੇ ਨਾਨਕ ਦਾ ਘਰ ਆ, ਇੱਥੇ ਜਦੋਂ ਸਿੱਖ ਕੌਮ ਸਿੱਖ ਦੀ ਬਾਂਹ ਫੜਦੀ ਆ ਉਹ ਬੇੜੀ ਹਮੇਸ਼ਾ ਪਾਰ ਲੱਗਦੀ ਹੀ ਲੱਗਦੀ ਆ। ਅਤੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿੱਖ ਕੌਮ ਨੇ ਜਿਤਾਇਆ, ਭਾਈ ਸਰਬਜੀਤ ਸਿੰਘ ਨੂੰ, ਅਤੇ ਇਸੇ ਤਰ੍ਹਾਂ ਭਾਈ ਕੁਲਵੰਤ ਸਿੰਘ ਨੂੰ ਵੀ ਸਿੱਖ ਕੌਮ, ਭਾਈ ਹਿੰਦੂ ਭਾਈਚਾਰਾ, ਭਾਈ ਮੁਸਲਮਾਨ ਭਾਈਚਾਰਾ ਇਹ ਸਾਰੇ ਸਾਥ ਦੇ ਕੇ ਅਤੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦੇਣਗੇ ਅਤੇ ਇਹ ਸਾਨੂੰ ਆਸ ਆ। ਅਤੇ ਬਾਕੀ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਜਿੰਨਾ ਵੀ ਸੰਤ ਸਮਾਜ ਆ ਉਹ ਭਾਈ ਕੁਲਵੰਤ ਸਿੰਘ ਦਾ ਸਾਥ ਦੇਣ, ਕਿਉਂਕਿ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ, ਜਿਨ੍ਹਾਂ ਉੱਪਰ ਵੀ 1987 ਵਿੱਚ NSA ਲਗਾਈ ਗਈ ਸੀਗੀ ਅਤੇ ਲੰਮਾ ਸਮਾਂ ਉਹਨਾਂ ਨੇ ਵੀ ਜੇਲ੍ਹਾਂ ਕੱਟੀਆਂ। ਅਤੇ ਕੁਲਵੰਤ ਸਿੰਘ ਦੇ ਜੋ ਚਾਚਾ ਜੀ ਸੀਗੇ ਅਤੇ ਉਹਨਾਂ ਵੀ ਉਹ ਵੀ 1984 ਦੇ ਵਿੱਚ ਸ਼ਹੀਦੀ ਪਾਈ ਆ ਉਹਨਾਂ ਨੇ ਵੀ ਦਰਬਾਰ ਸਾਹਿਬ ਦੇ ਵਿੱਚ। ਅਤੇ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਦੀ 1993 ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਜਾਇਜ਼ ਚੱਕ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਅਤੇ ਜਿਨ੍ਹਾਂ ਦਾ ਸਾਨੂੰ ਅੱਜ ਤੱਕਰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ, ਕਿਸ ਤਰ੍ਹਾਂ ਦੇ, ਕਿਵੇਂ ਆ, ਵੀ ਮਾਰ ਦਿੱਤੇ ਆ ਜਾਂ ਜਿਉਂਦੇ ਹਾਲੇ ਤੱਕਰ। ਮਹਾਂ ਸਿੰਘ ਜੀ, ਬਰਨਾਲਾ ਜਿਹੜੀ ਹੈ ਵਿਧਾਨ ਸਭਾ ਹਲਕਾ ਹੈ, ਉੱਥੇ ਮੀਤ ਹੇਅਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ 2 ਵਾਰੀ ਵਿਧਾਇਕ ਰਹੇ ਨੇਗੇ, ਪਿਛਲੀ ਟਰਮ 'ਚ ਵੀ, ਇਸ ਵਾਰ ਵੀ, ਹੁਣ ਅਸਤੀਫਾ ਦਿੱਤਾ, ਕਿੰਨਾ ਕੁ ਔਖਾ ਟਫ ਫਾਈਟ ਲੱਗਦੀ ਹੈ? ਦੇਖੋ ਜੀ, ਜੇ ਸਿੱਖ ਕੌਮ ਚਾਹੇ ਤਾਂ ਕੁਛ ਵੀ ਕਹਿੰਦੇ ਹੁੰਦੇ ਆ ਨਾਮੁਮਕਿਨ ਨਹੀਂ ਹੈਗਾ, ਜੇ ਸਿੱਖ ਕੌਮ ਸਾਥ ਦੇਊਗੀ ਤਾਂ ਸਾਰੇ ਰਾਹ ਪੱਧਰੇ ਹੋ ਸਕਦੇ ਆ, ਠੀਕ ਆ। ਜਿਸ ਤਰ੍ਹਾਂ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਾਂ ਦੇ ਨਾਲ ਕੌਣ ਖੜੂਗਾ? ਜੇ ਸਿੱਖਾਂ ਦੇ ਨਾਲ ਸਿੱਖ ਹੀ ਨਹੀਂ ਖੜਨਗੇ ਤਾਂ ਹੋਰ ਦੱਸੋ ਤੁਸੀਂ ਕੌਣ ਖੜੂਗਾ ਜੀ? ਕੀ ਮੁੱਦੇ ਕੀ ਰਹਿਣਗੇ? ਕੁਲਵੰਤ ਸਿੰਘ ਰਾਉਕੇ ਕੀ ਕਹਿੰਦੇ ਆ ਕਿ ਲੋਕਾਂ ਨੂੰ ਜਾ ਕੇ ਇਹ ਮੁੱਦੇ ਦੱਸਣੇ ਆ, ਤੁਸੀਂ ਕੀ ਮੁੱਦੇ ਦੱਸੋਗੇ ਲੋਕਾਂ 'ਚ, ਕਿਵੇਂ ਵਿਚਰੋਗੇ ਜਾ ਕੇ, ਕੀ ਉਹਨਾਂ ਦੇ ਮੁੱਦੇ ਹੋਣਗੇ?
ਦੇਖੋ ਜੀ, ਸਭ ਤੋਂ ਵੱਡਾ ਮੁੱਦਾ ਤਾਂ ਹੈਗਾ ਜੋ ਗੌਰਮੈਂਟ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਜੀ, ਅਤੇ ਜੋ ਬੰਦੀ ਸਿੰਘ ਸਭ ਤੋਂ ਪਹਿਲਾਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ 'ਤੇ ਜਦੋਂ ਕਾਨੂੰਨ ਕਹਿੰਦੇ ਕਾਨੂੰਨ ਦੀ ਅਸੀਂ ਪਾਲਣਾ ਕਰਦੇ ਹਾਂ, ਕਾਨੂੰਨ ਦੀ ਪਾਲਣਾ ਤਾਂ ਫਿਰ ਕਰਦੇ ਮੰਨੀਏ ਨਾ, ਜੇ ਕਾਨੂੰਨ ਦੇ ਹਿਸਾਬ ਨਾਲ ਚੱਲਣ, ਇਹ ਕਾਨੂੰਨ ਤਾਂ ਆਪ ਭੰਗ ਕਰ ਰਹੇ ਜੀ ਇਹ ਦੂਰੇ ਦੂਰੀਆਂ NSA, ਅਤੇ ਜੋ ਸਿੰਘ ਸਜ਼ਾਵਾਂ ਭੁਗਤ ਚੁੱਕੇ ਆ ਪੂਰੀਆਂ ਕਰ ਚੁੱਕੇ ਆ।